ਹਾਂਜੀ ਮੇਰੇ ਵੀਰੋ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਔਰ ਠੀਕੋ ਮੇਰੇ ਸਾਰੇ ਭਰਾ ਤੇ ਜਿਹੜੇ ਮੇਰੇ ਵੀਰ ਕਮੈਂਟਾਂ ਚ ਕਹਿੰਦੇ ਆ ਕਿ ਸੁੱਕੇ ਨੇ ਪੰਜਾਬ ਲਈ ਕੀ ਕੀਤਾ ਆ ਤਾਂ ਮੇਰੇ ਵੀਰੋ ਆ ਵੀਡੀਓ ਨੂੰ ਵੇਖੋ ਜਿਹੜਾ ਧਰਮਾ ਚੱਲ ਰਿਹਾ ਹੈਗਾ ਕਿਸਾਨ ਧਰਨਾ ਉਹਦੇ ਵਿੱਚ ਆਪਣਾ ਸੁੱਕਾ ਕੰਲੋ ਗਰੁੱਪ ਤੇ ਇਹ ਸੁੱਕੇ ਦੇ ਮਾਤਾ ਪਿਤਾ ਨੇ ਹੈਲਪ ਕੀਤੀ ਆ ਤੇ ਜਿਸ ਵਿੱਚ ਆਪਣਾ ਭਰਾ ਵਾਰ ਗਡਾਣਾ ਹੈਗਾ ਇਹ ਗੱਲ ਕਰੇ ਕਿ ਦਰਨਾ ਹੋ ਕਿਉਂ ਰਹਾ ਹੈਗਾ ਇੱਕ ਤਾਂ ਸਭ ਤੋਂ ਪਹਿਲੇ ਗਲਤ ਹੈ ਜਿਹੜਾ ਹੈ ਹੁਣੇ ਦਰਨਾ ਹੋਇਆ ਸੀ 2020 ਤੇ 21 ਵਿੱਚ ਇਸ ਵਿੱਚ ਨਾ ਜਿਹੜੇ ਕਿਸਾਨ ਸਤੇ ਜਿਨ੍ਹਾਂ ਦੀ ਡੈਥ ਹੋ ਗਈ ਪ੍ਰੋਟੈਸਟ ਕਰਤੇ ਕਰਤੇ ਉਹਨਾਂ ਨੂੰ ਮੁਆਵਜ਼ਾ ਮਿਲੇ ਔਰ ਭਾਈ ਉਹਨਾਂ ਲੋਕਾਂ 'ਤੇ ਕਾਰਵਾਈ ਹੋ ਜਿਨ੍ਹਾਂ ਨੇ ਜਿਨ੍ਹਾਂ ਨੇ ਐਕਸੀਡੈਂਟ ਵਗੈਰਾ ਕਰਾਤਾ ਜਦ ਤੰਮਨੇ ਇੱਕ ਵੀਡੀਓ ਦੇਖੀ ਹੋਗੀ ਪਿਛਲੇ ਸਾਲ ਬਹੁਤ ਵਾਇਰਲ ਹੋਈ ਦੀ ਵਾ इसमें के सीधी गाडी चढ़ा दी किसानों पे उनके ऊपर है भाई उधर ना और कुछ मांगे है सरकार से किसानों के वो भी हम आपको बता देते हैं तो भाई अब बात करते हैं किसानों क्या क्या मांग है इस धरने को ले गए पहली मांग है भाई फसलों की जो न्यूनतम समर्थक मूल्य है उस पर कानूनी गारंटी हो और भाई दूसरी है स्वामी मंथन आयोग की रिपोर्ट लागू और भाई जो तीसरी है कि किसानों के कर्ज माफ हो और भाई चौथी है भूमि अधिग्रहण दो हजार तेईस जो दोबारा लागू किया जाए और भाई पांच है लखीमपुर खेरी केस के दोषियों पर सख्त कार्रवाई हो और छठी है भाई मुख्य व्यापार समझौते पर रोक हो और भाई सातवीं है संविधान पाँच की सूची को लागू कर आदिवासियों की जमीन बंद हो ठीक है भाई और भाई आठवीं है मिर्ची हल्दी समेत मसालों के लिए राष्ट्रीय आयोग का गठन हो और नौवीं है भाई नकली बीज हो जो, जो कीटनाशक बेचने वाली कंपनी है उन पर एक्शन लिया जाए भाई कानून बने उनके लिए भी और दसवीं है भाई मनरेगा में हर साल दो सौ दिन का काम मिले और सात सौ रुपये मजदूरी दी जाए और भाई ग्यारहवीं है विशुद्ध संशोधन विधेयक दो को रद्द कर दिया जाए और बारहवीं है भाई किसान आंदोलन के दौरान किसानों के खिलाफ दर्ज मामले हो वो वापिस हो भाई यही जो इस धरना हो रहा है 2024 में इसी में ये सब जो किसानों की मांग है सब पूरी की जाए बस इसीलिए धरना दिया जा रहा है और जो ये वीडियो है सुखा काड़ो ग्रुप की ये 2020 और बीस और इक्कीस में जो धरना हुआ था उसकी वीडियो है ये ਕਿਉਂਕਿ ਅਬੋ ਤੋਂ ਆਪਣਾ ਭਾਈ ਵਾਰ ਗੱਡਣਾ ਜੇਲ੍ਹ ਵਿੱਚ ਹੈਗਾ ਇਹ ਵੀਡੀਓ ਜਿਹੜੀ ਪੁਰਾਣੀ ਹੈਗੀ ਆ ਪਰ ਐਗਦਮ ਰੀਅਲ ਵੀਡੀਓ ਹੈਗੀ ਆ ਜਿਸ ਵਿੱਚ ਸੁੱਕੇ ਦੇ ਦੋਸਤ ਹੈਗੇ ਆ ਇੱਕ ਵਾਰ ਗੱਡਣਾ ਹੈਗਾ ਇੱਕ ਬਿੰਦਾ ਮਾਲੀ ਹੈਗਾ ਤੇ ਜਿਹੜੇ ਸੁੱਕੇ ਦੇ ਮਾਪੇ ਹੈਗੇ ਆ ਬਾਹਰ ਬੈਠੇ ਹੈਗੇ ਵਿਦੇਸ਼ ਵਿੱਚ ਉਹਨਾਂ ਦੇ ਤੂ ਜਿਹੜੀ ਮਦਦ ਹੋ ਰਹੀ ਹੈਗੀ ਆ ਉਹਨਾਂ ਤੋਂ ਇੰਨੀ ਕਰ ਰਹੇ ਹੈਗਾ ਤੇ ਬਾਕੀ ਫੁੱਲ ਸਪੋਰਟ ਹੈ ਇਹ ਕਿਸਾਨ ਭਾਈਓ ਨੂੰ ਪਰ ਬਾਈ ਜਿਆਦਾ ਸੇ ਜਿਆਦਾ ਭਾਈ ਸਾਂਝੀ ਲੋਦਰਨੇ ਮੈਂ ਲੋਕ ਬਾਕੀ ਵਾਹਿਗੁਰੂ ਮਿਹਰ ਕਰੇ ਸਭ ਤੋਂ ਤੇ ਕਿਸਾਨੋ ਨੂੰ ਉਹਨਾਂ ਦਾ ਇਕ ਦਿਨ ਦਿੱਤਾ ਜਾਵੇ ਕਿਉਂਕਿ ਉਹ ਵੀ ਆਪਣਾ ਘਰ ਪਰਿਵਾਰ ਛੋੜ ਕੇ ਇੱਥੇ ਦਰਨੇ ਸੜਕ ਤੇ ਬੈਠੇ ਹੈਗੇ ਆ ਤੇ ਵੀਡੀਓ ਅਪਲੋਡ ਕਰਨ ਦਾ ਮਕਸਦ ਸਿਰਫ ਇਹ ਹੈਗਾ ਕਿ ਜਿਹੜੇ ਮੇਰੇ ਵੀਰ ਕਹਿੰਦੇ ਆ ਕਿ ਸੁੱਕੇ ਨੇ ਪੰਜਾਬ ਲਈ ਕੀ ਕੀਤਾ ਮੈਂ ਜਦੋਂ ਕਮੈਂਟ ਆ ਬੰਦਦਾ ਹੈਗਾ ਨਾ ਇੰਨਾ ਐਦਾ ਅਦਿਕ ਬਹੁਤ ਕਮੈਂਟਾਂ ਵੇਖਦਾ ਮੈਂ ਤੇ ਭਰਾਵੋ ਮਦਦ ਸਭ ਕਰਦੇ ਹੈਗੀਆਂ ਕੋਈ ਨਿਖਾਉਂਦਾ ਕੋਈ ਨੀਂ ਲਿਖਉਂਦਾ ਤੇ ਇਹ ਗੱਲ ਜਹਨ ਵਿੱਚ ਕਰ ਦੋਗੇ ਸੋਕਾ ਕਾਲੋ ਗੁਰੂ ਕੇ ਸਿਰਫ ਇਹ ਹੀ ਬਦਮਾਸ਼ੀਆ ਕਰਦਾ ਆ ਗੋਲੀਆਂ ਮਾਰ ਐਦਾਂ ਦਾ ਕੁਝ ਸੀਨ ਨਹੀਂ ਹੈਗਾ ਪਰਾਵਾ ਪਰਮਾਤਮਾ ਨੇ ਜਿੰਨਾ ਜਿੱਦੇ ਹਿੱਸੇ ਲਿਖਿਆ ਉਨਾਂ ਹੀ ਕਰਦਾ ਉਹ ਤੇ ਮੇਰੇ ਵੀਰੋ ਬਾਅਦ ਕੀ ਫੇਰ ਮਿਲਦੇ ਆ ਨੈਕਸਟ ਵੀਡੀਓ ਚ ਤੇ ਕਿਸਾਨ ਮਦਦ ਰੇਖਤਾ ਜਿੰਦਾਬਾਦ ਤੇ ਪਰਮਾਤਮਾ ਕਰੇ ਸਾਰੇ ਭਾਈਆ ਨੂੰ ਤੇ ਬਜ਼ੁਰਗਾਂ ਨੂੰ ਉਹਨਾਂ ਦਾ ਹੱਕ ਮਿਲਦਾ ਜਾਵੇ ਤੇ ਵਾਹੀ ਗੁਰੂ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਹਮੇਸ਼ਾ